ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਮੈਂ ਜਸਪ੍ਰੀਤ ਸਿੰਘ ਮਾਨਕੂ, ਮੈਂਬਰ ਮਾਰਕੀਟ ਕਮੇਟੀ ਗੁਰਿਆਂ। ਅਸੀਂ ਜੋ ਡੀ ਸੀ ਸਾਹਿਬ ਦੀਆਂ ਗੌਰਮੈਂਟ ਦੀਆਂ ਹਦਾਇਤਾਂ ਦੇ ਅਨੁਸਾਰ ਕਰੋਨਾ ਦੇ ਮਾਰਾਮਾਰੀ ਨੂੰ ਦੇਖਦੇ ਹਨ, ਜੋ ਮਾਰਕੀਟ ਕਮੇਟੀ ਤੋਂ ਪਾਸੂ ਇਸ ਹੁੰਦੇ ਆ, ਉਹੀ ਕਿਸਾਨ ਅਤੇ ਆੜ੍ਹਤੀਏ ਮੰਡੀ ਦੇ ਵਿੱਚ ਆਉਣ, ਕਿਉਂਕਿ ਰੱਛ ਪੈਣ ਦੇ ਨਾਲ ਇਹ ਪ੍ਰੋਬਲਮ ਵੱਧਦੀ ਆ। ਐਵੇਂ ਫਾਇਦਾ ਨਹੀਂ ਕੋਈ ਕਿਸੇ ਦੀ ਫਸਲ। ਗੌਰਮੈਂਟ ਨੇ ਜੋ ਵਾਅਦਾ ਇੱਕ ਕੀਤਾ ਹੋਇਆ ਆ ਕਿਸਾਨਾਂ ਦਾ, ਇੱਕ ਇੱਕ ਦਾਣਾ ਚੱਕ ਹੋਊਗਾ, ਉਹ ਗੌਰਮੈਂਟ ਉਸ 'ਤੇ ਵਚਨਬੰਧ ਹੈ। ਡੀ ਸੀ ਸਾਹਿਬ ਦੇ ਹਦਾਇਤਾਂ ਦੇ ਨਾਲ ਹਰ ਇੱਕ ਨੂੰ ਪਾਸ ਜਾਰੀ ਕੀਤਾ ਜਾਂਦਾ ਆ, ਡੇਲੀ ਪਾਸ ਜਾਰੀ ਕਰਦੇ, ਜਿੰਨੀ ਪਾਸ ਉਨੀ ਐਂਟਰੀ ਕਿਤੇ। ਅਸੀਂ ਅੱਜ ਕੋਲ ਖੜ੍ਹ ਕੇ ਟਰਾਲੀਆਂ ਐਂਟਰ ਕਰਾਈਆਂ, ਬਿਨਾਂ ਪਾਸ ਤੋਂ ਕੋਈ ਟਰਾਲੀ ਐਂਟਰ ਨਹੀਂ ਕੀਤੀ, ਪਾਸ ਵਾਲੀਆਂ ਟਰਾਲੀਆਂ ਹੀ ਮੰਡੀ 'ਚ ਐਂਟਰ ਹੁੰਦੀਆਂ।